ਏवन ਪੰਜਾਬੀ ਤੇ ਅਵਰ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹਮ ਸਹੋਤਾ ਤੇ ਲੈ ਕੇ ਹਾਜ਼ਰ ਹੈ ਖਰੀਆਂ 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 ਦੇ ਵਿੱਚ ਗੱਲ ਕਰਦੇ ਹਾਂ ਜੀ ਬਲਵਿੰਦਰ ਸਿੰਘ ਭੁੱਦੜ ਸਾਹਿਬ ਹੋਰਾਂ ਦੀ ਮੈਂ ਦੱਸਣਾ ਚਾਹੁੰਦਾ ਹੈ ਕਿ ਰਾਜ ਸਭਾ ਦੇ ਮੈਂਬਰ ਨੇ ਔਰ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਮੈਂ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਹ ਗੱਲ ਕਰੀਏ ਤਾਂ ਤਕਰੀਬਨ ਉਹਨਾਂ ਦਾ ਸਾਰੇ ਪਾਸੇ ਵਿਰੋਧ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਡੀ ਤੇ ਉੱਪਰ ਹਮਲਾ ਹੋਇਆ ਬਿਬਾ ਹਰਸਿਮਰਤ ਕੌਰ ਬਾਦਲ ਜਦੋਂ ਸ਼੍ਰੀ ਹਜ਼ੂਰ ਸਾਹਿਬ ਦਰਸ਼ਨਾਂ ਨੂੰ ਗਏ ਤਾਂ ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ ਵਗੈਰਾ ਵਗੈਰਾ ਇਸ ਇਨ੍ਹਾਂ ਦਿਨਾਂ ਵਿੱਚ ਅਕਾਲੀ ਦਲ ਬਾਦਲ ਦੇ ਉੱਪਰ ਚਾਰੇ ਪਾਸੇ ਜਿਹੜੇ ਹਮਲੇ ਹੋ ਰਹੇ ਨੇ ਸ਼ਾਇਦ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਹੈ ਆਵਾਮ ਔਰ ਸੰਗਤ ਇਹ ਹੀ ਚਾਹੁੰਦੀ ਹੈ ਕਿ ਉਸ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਇਹ ਹੀ ਕਰਕੇ ਲੋਕ ਜਿਹੜੇ ਨੇ ਨਾਰਾਜ਼ ਨੇ ਸ਼ਨੋਮਨੀ ਅਕਾਲੀ ਦਲ ਬਾਦਲ ਤੋਂ ਔਰ ਬਲਵਿੰਦਰ ਸਿੰਘ ਭੁੰਦਰ ਜੀ ਹੁਣਾਂ ਨੇ ਜੋ ਮਤਲਬ ਇਹਨਾਂ ਦਿਨਾਂ ਵਿੱਚ ਆਪਣਾ ਬਿਆਨ ਦਿੱਤਾ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਮਤਲਬ ਬਰਗਾੜੀ ਕਾਂਢ ਦੇ ਵਿੱਚ ਜੇਕਰ ਤੁਸੀਂ ਵਾਕਈ ਧਰਨਾ ਦੇਣਾ ਹੈ ਤੇ ਤੁਸੀਂ ਜਾ ਕੇ ਰਾਹੁਲ ਗਾਂਧੀ ਦੀ ਕੋਠੀ ਦੇ ਅੱਗੇ ਧਰਨਾ ਦਿਓ ਕਿਉਂਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸੀ ਵਗੈਰਾ ਵਗੈਰਾ ਜੋ ਉਹਨਾਂ ਨੇ ਕਿਹਾ ਲੇਕਿਨ ਪੂਰੇ ਦਾ ਪੂਰਾ ਬਿਆਨ ਬਲਵਿੰਦਰ ਸਿੰਘ ਭੂਦਰ ਹੋੜਾ ਦਾ ਤੁਸੀਂ ਵੀ ਸੁਣ ਸਕਦੇ ਹੋ ਉਹ ਦੂਸਰੇ ਧਰਨੇ ਲਾਉਂਦੇ ਆ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਲੋਕ ਆਪ ਸਮਝ ਲੈਣ ਕਿਸ ਚੀਜ਼ ਤੇ ਧਰਨੇ ਧਰਨੇ ਲੱਗਣੇ ਚਾਹੀਦੇ ਤੇ ਦਿੱਲੀ ਰਾਹੁਲ ਗਾਂਧੀ ਤੇ ਤੇ ਸੋਨੀਏ ਗਾਂਧੀ ਤੇ ਪਹਿਲਾਂ ਤਾਂ ਪਰਚੇ ਦਰਜ ਹੋਣ ਜਿਨ੍ਹਾਂ ਨੇ ਅਕਾਲ ਤਖਤ ਤੇ ਹਮਲੇ ਕਰਵਾਏ ਇਹਨੂੰ ਉੱਥੇ ਇੰਨੇ ਸਿੱਖ ਸ਼ਹੀਦੀ ਦੇ ਹਾਲੇ ਤੇ ਸ਼ਹੀਦ ਕੀਤੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਤੇ ਗੋਲੀਆਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਦਿੱਲੀ ਦੇ ਵਿੱਚ ਗੁਰਦੁਆਰੇ ਸਾਡੇ ਦੇ ਗੁਰੂ ਗ੍ਰੰਥ ਸਾਹਿਬ ਸਾਡੇ ਘਟੋ ਘਟ 7000 ਸਿੱਖ ਕੱਲਾ ਦਿੱਲੀ 'ਚ ਮਾਰੇ ਗਏ ਤੇ ਹਿੰਦੁਸਤਾਨ 'ਚ ਵੱਖਰੇ ਮਾਰੇ ਗਏ ਪਰਚੇ ਉਹਨਾਂ ਦੇ ਦਰਜ ਹੋਣੇ ਚਾਹੀਦੇ ਨੇ ਸਾਨੂੰ ਧਰਨੇ ਸਾਰਿਆਂ ਨੂੰ ਉੱਥੇ ਲਾਉਣੇ ਚਾਹੀਦੇ ਨੇ ਉਹ ਤਾਂ ਪੁਰਸ਼ਣ ਦੇ ਤੌਰ ਤੇ ਸਾਡੀ ਹੈ ਸਰਕਾਰਾਂ ਰੈਲੀ ਨਹੀਂ ਕਰਦੀ ਹੁੰਦੀਆਂ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਕਾਮਜ ਫੇਲ ਹੋਗੇ ਇਸ ਕਰਕੇ ਰੈਲੀਆ ਬਣਾ ਗਏ ਰੈਲੀ ਹੈ ਸ਼੍ਰੋਮਣੀ ਕਾਲੀ ਦਲ ਦੀ ਕਿਉਂਕਿ ਵਿਰੋਧੀ ਪਾਰਟੀਆਂ ਰੈਲੀ ਕਰਕੇ ਲੋਕਾਂ ਦੀ ਆਵਾਜ਼ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਉਣੀਆਂ ਨੇ ਜੋ ਸਰਕਾਰ ਗਲਤੀਆਂ ਕਰਦੀਆਂ ਨੂੰ ਰੋਕਣ ਵਾਸਤੇ ਲੋਕ ਸ਼ਕਤੀ ਦੇ ਨਾਲ ਉਹਦਾ ਮੁਕਾਬਲਾ ਕਰਦੇ ਨੇ ਇਸ ਕਰਕੇ ਸਾਡੀ ਰੈਲੀ ਬਹੁਤ ਜ਼ਬਰਦਸਤ ਹੋਏਗੀ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਪਹਿਲਾਂ ਤੁਸੀਂ ਅਬੋਰ ਦੇਖੀ ਹੈ ਫਿਰ ਫਰੀਦਕੋਟ ਦੇਖੀ ਹੈ ਹੁਣ ਤੁਸੀਂ ਇਸ ਨੂੰ ਦੇਖੋਗੇ ਬਿਲਕੁਲ ਜੀ ਇਹਨਾਂ ਨੇ ਕਿਹਾ ਕਿ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਟੈਂਕ ਚੜਾਏ ਨੇ ਉਹਨਾਂ ਤੇ ਹਮਲਾ ਕੀਤਾ ਹੈ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਦੇਣੇ ਚਾਹੀਦੇ ਨੇ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਐਵਰ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ